ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਏ ਚੂਕੇ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ, ਅੱਜ ਆਪਾਂ ਅਧਿਆਇ ਤੀਸਰੇ ਵਿੱਚ ਸਿੱਖਾਂ ਨੂੰ ਸੇਵਾ ਦਾ ਉਪਦੇਸ਼ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪਿਆਰ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਤਿਗੁਰੂ ਸ਼੍ਰੀ ਰਾਮਦਾਸ ਜੀ ਸਦਾ ਪ੍ਰੇਮ ਵਿੱਚ ਗਲਤਾਨ ਰਹਿੰਦੇ ਹਨ, ਸਤਨਾਮ ਦਾ ਸਿਮਰਨ ਕਰਨ ਦਾ ਸਿੱਖਾਂ ਨੂੰ ਦਾਨ ਦਿੰਦੇ ਹਨ। ਸਦਾ ਵਿਸ਼ਾਲ ਸਤਸੰਗ ਹੁੰਦਾ ਹੈ, ਸਿੱਖ ਆਉਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਜਿੱਥੇ ਕਿੱਥੇ ਵੱਡੇ ਛੋਟੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖ ਕਈ ਕਰੋੜਾਂ ਵਾਰ ਗੁਰੂ ਗੁਰੂ ਜਪਦੇ ਹਨ, ਸਿੱਖੀ ਦੇ ਸ਼ੁਭ ਮਾਰਗ 'ਤੇ ਚੱਲਦੇ ਹਨ ਅਤੇ ਹੋਰ ਮਤਾਂ ਨੂੰ ਛੱਡ ਰਹੇ ਹਨ, ਆਪਣੇ ਮਨੁੱਖਾ ਜਨਮ ਨੂੰ ਸਫਲ ਕਰਦੇ ਹਨ ਅਤੇ ਗੁਰੂ ਜੀ ਦੀ ਮਹਿਮਾ ਬੜੀ ਸ਼ਰਧਾ ਨਾਲ ਧਾਰਨ ਕਰਦੇ ਹਨ। ਦੁਸ਼ਟ ਲੋਕ ਵੇਖ ਕੇ ਬੜੇ ਦੁਖੀ ਹੁੰਦੇ ਹਨ, ਜਿਵੇਂ ਬਾਰਿਸ਼ ਆਉਣ ਨਾਲ ਜਵਾਹਾਂ ਦੇ ਪੌਦੇ ਸੜ ਜਾਂਦੇ ਹਨ। ਮੂਰਖ ਅਤੇ ਮਾੜੇ ਭਾਗਾਂ ਵਾਲੇ ਗੁਰੂ ਜੀ ਦੇ ਪ੍ਰਤਾਪ ਨੂੰ ਇੰਜ ਸਹਿ ਨਹੀਂ ਸਕਦੇ, ਜਿਵੇਂ ਚਾਂਦਨੀ ਬਿਰਹਨ ਇਸਤਰੀ ਨੂੰ ਦੁਖਦਾਈ ਲੱਗਦੀ ਹੈ। ਸਿੱਖਾਂ ਦੀ ਐਸੀ ਨਵੀਨ ਰੀਤ ਨੂੰ ਇੱਕ ਤਪੇ ਨੇ ਵੇਖਿਆ ਤਾਂ ਬਹਿਸ ਕਰਨ ਵਾਸਤੇ ਉਛਲਣ ਲੱਗਾ। ਉਹ ਮਨੁੱਖਾਂ ਨੂੰ ਕਹਿਣ ਲੱਗਾ, ਇਹ ਕੀ ਕਰਦੇ ਹਨ? ਬੜੀ ਪ੍ਰੀਤ ਨਾਲ ਲੋਕਾਂ ਪਾਸੋਂ ਸਿੱਖੀ ਬਾਰੇ ਪੁੱਛਣ ਲੱਗਾ। ਇੱਕ ਦਿਨ ਸਤਿਗੁਰੂ ਦੀ ਸਭਾ ਵਿੱਚ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ, ਵੰਦਨਾ ਕਰਕੇ ਗੁਰੂ ਜੀ ਦੇ ਪਾਸ ਖੜ੍ਹਾ ਹੋ ਗਿਆ। ਗੁਰੂ ਜੀ ਨੇ ਪਾਸ ਬਿਠਾ ਕੇ ਆਦਰ ਕੀਤਾ। ਫਿਰ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਭਾਵ ਗੁਰੂ ਜੀ ਨੇ ਪੁੱਛਿਆ, ਤੁਹਾਡੇ ਆਉਣ ਦਾ ਕੀ ਕਾਰਨ ਹੈ? ਕਿਰਪਾ ਕਰਕੇ ਕਹਿ ਕੇ ਸਮਝਾਓ, ਜੋ ਤੁਹਾਡੇ ਚਿੱਤ ਦੀ ਇੱਛਾ ਹੈ ਅਸੀਂ ਪੂਰਨ ਕਰਾਂਗੇ। ਇਹ ਸੁਣ ਕੇ ਤਪਾ ਆਪਣੇ ਚਿੱਤ ਦੀ ਇੱਛਾ ਕਹਿਣ ਲੱਗਾ, ਮੈਂ ਧਰਤੀ 'ਤੇ ਬਹੁਤ ਦੂਰ ਦੂਰ ਤੱਕ ਘੁੰਮਿਆ ਫਿਰਿਆ ਹਾਂ, ਸਾਰੇ ਮਤਾਂ ਦੇ ਬਹੁਤ ਸੰਤਾਂ ਨੂੰ ਮਿਲਿਆ ਹਾਂ, ਵੇਦ ਪੁਰਾਣ ਬਹੁਤ ਸੁਣੇ ਅਤੇ ਵੇਖੇ ਹਨ, ਅਨੇਕ ਤੀਰਥਾਂ ਦੀ ਯਾਤਰਾ ਕੀਤੀ ਹੈ, ਬਹੁਤ ਥਾਂ ਇਸ਼ਨਾਨ ਕਰਕੇ ਜਲ ਦੀ ਪਵਿੱਤਰਤਾ ਧਾਰਨ ਕੀਤੀ ਹੈ। ਤੁਹਾਡੇ ਸਿੱਖ ਬੜੇ ਘਮੰਡੀ ਹਨ, ਸ਼ਾਸਤਰ ਰੀਤੀ ਨਾ ਜਾਣਦੇ ਹਨ ਅਤੇ ਨਾ ਹੀ ਮੰਨਦੇ ਹਨ। ਵਰਨ ਆਸ਼ਰਮ ਨੇ ਜੱਗ ਵਿੱਚ ਬਹੁਤ ਉੱਨਤੀ ਕੀਤੀ ਹੈ, ਜੋ ਵੇਦਾਂ ਨੇ ਕਿਹਾ ਹੈ ਸਾਰਿਆਂ ਦੇ ਮਨਾਂ ਨੂੰ ਚੰਗਾ ਲੱਗਾ ਹੈ, ਤੁਹਾਡੇ ਸਿੱਖ ਉਸ ਬਾਰੇ ਜਾਣਦੇ ਹੀ ਨਹੀਂ। ਇਸ ਸ਼ੁਭ ਰੀਤੀ 'ਤੇ ਕੋਈ ਵੀ ਚੱਲਦਾ ਨਹੀਂ ਹੈ, ਆਪ ਜੀ ਨੂੰ ਜਾਣਦੇ ਹਨ ਅਤੇ ਆਪ ਦੀ ਪੂਜਾ ਕਰਦੇ ਹਨ, ਆਪ ਦੀ ਬਾਣੀ ਮੁੱਖ ਨਾਲ ਪੜ੍ਹਦੇ ਹਨ, ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਹਿਰਦੇ ਵਿੱਚ ਤੁਹਾਡਾ ਧਿਆਨ ਧਾਰਨ ਕਰਦੇ ਹਨ। ਤੀਰਥਾਂ ਅਤੇ ਵੇਦਾਂ ਦਾ ਪ੍ਰਭਾਵ ਨਹੀਂ ਜਾਣਦੇ, ਇਹਨਾਂ ਸਿੱਖਾਂ ਦਾ ਧਰਮ ਅਤੇ ਸੁਭਾਅ ਵੇਦਾਂ ਅਨੁਸਾਰ ਨਹੀਂ ਜਾਣਿਆ ਜਾ ਸਕਦਾ, ਇਹਨਾਂ ਸਿੱਖਾਂ ਦੀ ਮੁਕਤੀ ਕਿਵੇਂ ਹੋਵੇਗੀ? ਇਹ ਆਪਣਾ ਜਨਮ ਵਿਅਰਥ ਗਵਾ ਦੇਣਗੇ। ਇਹ ਸੁਣ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ, ਤੁਸੀਂ ਤੀਰਥਾਂ ਦਾ ਕੀ ਮਹੱਤਮ ਜਾਣਿਆ ਹੈ? ਤੀਰਥਾਂ ਨਾਲ ਬੜੀ ਸ਼ਰਧਾ ਧਾਰ ਕੇ ਪ੍ਰੀਤ ਕਰਦੇ ਹੋ, ਆਖਿਰ ਤੁਸੀਂ ਕੀ ਫਲ ਪ੍ਰਾਪਤ ਕੀਤਾ ਹੈ? ਤਪੇ ਨੇ ਵਿਸਥਾਰ ਕਰਕੇ ਕਿਹਾ, ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਬੜਾ ਉੱਤਮ ਫਲ ਪ੍ਰਾਪਤ ਹੁੰਦਾ ਹੈ। ਤੀਰਥਾਂ ਦੇ ਜਲ ਵਿੱਚ ਇਸ਼ਨਾਨ ਕਰਨ ਨਾਲ ਪਾਪ ਨਾਸ਼ ਹੋ ਜਾਂਦੇ ਹਨ ਅਤੇ ਮਨੁੱਖ ਅੰਤ ਵਿੱਚ ਸਵਰਗਾਂ ਨੂੰ ਜਾਂਦਾ ਹੈ, ਉੱਥੇ ਜਾ ਕੇ ਅਨੇਕ ਪ੍ਰਕਾਰ ਦੇ ਸੁੱਖ ਪ੍ਰਾਪਤ ਕਰਦਾ ਹੈ, ਵੇਦਾਂ ਨੂੰ ਪੜ੍ਹ ਕੇ ਬ੍ਰਹਮ ਲੋਕ ਚਲਾ ਜਾਂਦਾ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਵਚਨ ਕੀਤੇ, ਸਵਰਗ ਭੋਗ ਕੇ ਮਹਾਨ ਸੁੱਖ ਲੈਂਦਾ ਹੈ, ਸੱਚ ਜਾਣ ਕੇ ਹਿਰਦੇ ਵਿੱਚ ਯਤਨ ਕਰਦੇ ਹੋ, ਸਵਰਗ ਆਦਿ ਨੂੰ ਪਾਉਣ ਲਈ ਮਹਾਨ ਦੁੱਖ ਬਰਦਾਸ਼ਤ ਕਰਦੇ ਹੋ, ਇਸ ਨੂੰ ਸਾਰੇ ਸੰਤ ਝੂਠਾ ਜਾਣਦੇ ਹਨ, ਉਸ ਨੂੰ ਪਾਉਣ ਵਾਸਤੇ ਸੰਕਟ ਕਿਉਂ ਧਾਰਨ ਕਰਨ? ਸਤਸੰਗਤ ਤੁਸੀਂ ਸੇਵਦੇ ਨਹੀਂ ਹੋ,
ਫਿਰ ਸਾਧ ਸੰਗਤ ਦੀ ਸੇਵਾ ਦਾ ਤੁਸੀਂ ਕਿਵੇਂ ਫਲ ਜਾਣ ਸਕਦੇ ਹੋ? ਸੱਚ ਵਸਤੂ ਤੋਂ ਜਾਣੀ ਹੀ ਨਹੀਂ ਕਿ ਕੈਸੀ ਹੈ। ਜਿਵੇਂ ਚੱਕਰਵਰਤੀ ਰਾਜਾ ਪ੍ਰਜਾ ਦੇ ਸੁੱਖ ਨੂੰ ਜਾਣ ਨਹੀਂ ਸਕਦਾ, ਬੇਅਰਥ ਅਤੇ ਨਿਕੰਮਾ ਦੋਸ਼ ਮੇਰੇ ਸਿੱਖਾਂ ਨੂੰ ਦਿੰਦੇ ਹੋ। ਤੱਤ ਵਸਤੂ ਦਾ ਤੁਸੀਂ ਭੇਦ ਹੀ ਨਹੀਂ ਜਾਣਿਆ ਹੈ, ਸਾਰੇ ਜਨਮ ਨੂੰ ਬਤੀਤ ਕਰ ਲਿਆ ਹੈ। ਹੁਣ ਤੱਕ ਨਾ ਤੈਨੂੰ ਗੁਰੂ ਮਿਲਿਆ ਹੈ ਅਤੇ ਨਾ ਹੀ ਪ੍ਰਤੀਤ ਆਈ ਹੈ। ਸਤਸੰਗ ਇੱਕ ਤੁਰਦਾ ਫਿਰਦਾ ਤੀਰਥ ਹੈ, ਉਸ ਨੂੰ ਤੂੰ ਮਿਲਿਆ ਹੀ ਨਹੀਂ ਅਤੇ ਨਾ ਹੀ ਹਰੀ ਦੇ ਰੰਗ ਵਿੱਚ ਰੰਗਿਆ ਗਿਆ ਹੈ। ਹਿਰਦੇ ਵਿੱਚ ਝੂਠਾ ਹੰਕਾਰ ਧਾਰਨ ਕੀਤਾ ਹੈ, ਇਹ ਹੰਕਾਰ ਤਦ ਹੀ ਮਿਟੇਗਾ ਜੇ ਤੈਨੂੰ ਪੂਰਨ ਗੁਰੂ ਮਿਲੇਗਾ। ਇਹ ਸੁਣ ਕੇ ਤਪੇ ਨੇ ਸਭ ਤੀਰਥਾਂ ਦੇ ਇਸ਼ਨਾਨ ਕਰਨ ਦੇ ਕਰਮ ਬਾਰੇ ਕਿਹਾ, ਤੁਸੀਂ ਉਸਨੂੰ ਨੀਵਾਂ ਕਿਉਂ ਕਹਿੰਦੇ ਹੋ ਜੇ ਉਸਨੂੰ ਨਹੀਂ ਮੰਨਦੇ? ਪੁਰਾਣਾਂ ਵਿੱਚ ਤੀਰਥ ਇਸ਼ਨਾਨ ਹੀ ਮਹਾਨ ਮਹਿਮਾ ਕਹੀ ਗਈ ਹੈ। ਵਿਚਾਰ ਕਰਕੇ ਮੈਨੂੰ ਸਮਝਾਓ ਅਤੇ ਇਹ ਦੱਸੋ ਕਿ ਸਤਸੰਗਤ ਦੀ ਕਿਵੇਂ ਵਡਿਆਈ ਹੈ। ਤਦ ਸ਼੍ਰੀ ਗੁਰੂ ਰਾਮਦਾਸ ਜੀ ਨੇ ਪ੍ਰੇਮ ਕਰਕੇ ਉਚਾਰਨ ਕਰਕੇ ਇੱਕ ਸ਼ਬਦ ਸੁਣਾਇਆ, ਮਲਹਾਰ ਮਹੱਲਾ ਚੌਥਾ। ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰੈ ਉੱਦਮ, ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੈ, ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉੜ ਨੇਤਰੀ, ਸਭ ਦੁਰਮਤ ਮੈਲ ਗਵਾਈ ਰਹਾਓ। ਭਾਵ ਗੰਗਾ ਜਮਨਾ ਗੋਦਾਵਰੀ ਅਤੇ ਸਰਸਵਤੀ ਇਹ ਸਾਰੀਆਂ ਸੰਤਾਂ ਦੇ ਪੈਰਾਂ ਦੀ ਧੂੜ ਲਈ ਉਪਰਾਲੇ ਕਰਦੀਆਂ ਹਨ। ਉਹ ਆਖਦੀਆਂ ਹਨ, ਪਾਪ ਦੀ ਗੰਦਗੀ ਨਾਲ ਭਰਪੂਰ ਪ੍ਰਾਣੀ ਸਾਡੇ ਵਿੱਚ ਟੁੱਬੀ ਲਾਉਂਦੇ ਹਨ, ਪਰ ਸੰਤਾਂ ਦੇ ਪੈਰਾਂ ਦੀ ਧੂੜ ਸਾਡੀ ਗੰਦਗੀ ਨੂੰ ਧੋ ਸੁੱਟਦੀ ਹੈ। ਹੇ ਮਨੁੱਖ, 68 ਤੀਰਥਾਂ ਦੀ ਬਜਾਏ ਤੂੰ ਇੱਕ ਪ੍ਰਭੂ ਦੇ ਨਾਮ ਅੰਦਰ ਇਸ਼ਨਾਨ ਕਰ। ਜਦ ਸਾਧ ਸੰਗਤ ਦੀ ਧੂੜ ਉੱਡ ਕੇ ਅੱਖਾਂ ਵਿੱਚ ਪੈਂਦੀ ਹੈ ਤਾਂ ਇਹ ਮੰਦੀ ਅਕਲ ਦੀ ਸਮੂਹ ਗੰਦਗੀ ਨੂੰ ਦੂਰ ਕਰ ਦਿੰਦੀ ਹੈ। ਤਪੱਸਵੀ ਭਗੀਰਥ ਨੇ ਗੰਗਾ ਲਿਆਂਦੀ ਅਤੇ ਸ਼ਿਵਜੀ ਨੇ ਕੇਦਾਰਨਾਥ ਸਥਾਪਿਤ ਕੀਤਾ। ਕ੍ਰਿਸ਼ਨ ਜੀ ਬਨਾਰਸ ਵਿੱਚ ਗਾਈਆਂ ਚਾਰਦੇ ਸਨ। ਪ੍ਰਭੂ ਦੇ ਸੇਵਕਾਂ ਦੀ ਛੋਹ ਰਾਹੀਂ ਇਹਨਾਂ ਸਥਾਨਾਂ ਨੇ ਸ਼ੋਭਾ ਪਾਈ ਹੈ। ਜਿੰਨੇ ਵੀ ਯਾਤਰਾ ਸਥਾਨ ਦੇਵਤਿਆਂ ਨੇ ਥਾਪੇ ਹਨ ਉਹ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ। ਜੇ ਮੈਨੂੰ ਪ੍ਰਭੂ ਦਾ ਸਾਧੂ ਜਾਂ ਗੁਰਾਂ ਦਾ ਸੰਤ ਮਿਲ ਜਾਵੇ ਤਾਂ ਮੈਂ ਉਸਦੇ ਪੈਰਾਂ ਦੀ ਖਾਕ ਆਪਣੇ ਮੁੱਖ ਨੂੰ ਲਾਵਾਂਗਾ। ਹੇ ਮੇਰੇ ਸੁਆਮੀ, ਜਿੰਨੇ ਵੀ ਤੇਰੇ ਜੀਵ ਜੰਤੂ ਹਨ ਉਹਨੇ ਹੀ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਤ ਕਰਦੇ ਹਨ। ਹੇ ਨਾਨਕ, ਜਿਸ ਦੇ ਮੱਥੇ ਉੱਤੇ ਅਜਿਹੀ ਲਿਖਤਾਕਾਰ ਹੈ ਉਸ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰਕੇ ਪ੍ਰਭੂ ਉਸਦਾ ਪਾਰ ਉਤਾਰਾ ਕਰ ਦਿੰਦਾ ਹੈ। ਜਦ ਤਪੇ ਨੇ ਗੁਰੂ ਜੀ ਪਾਸੋਂ ਅਰਥਾਂ ਸਮੇਤ ਸ਼ਬਦ ਸੁਣਿਆ ਤਾਂ ਗਦਗਦ ਹੋ ਗਿਆ, ਪ੍ਰਸੰਨ ਹੋ ਕੇ ਹਿਰਦੇ ਵਿੱਚ ਪ੍ਰੇਮ ਘਰ ਕਰ ਗਿਆ। ਤਦ ਤਪੇ ਦੇ ਹਿਰਦੇ ਵਿੱਚ ਸ਼ਰਧਾ ਜਾਗੀ ਅਤੇ ਬਹੁਤ ਪ੍ਰਕਾਰ ਵਡਿਆਈ ਕਰਨ ਲੱਗਾ। ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਜੀ ਨੇ ਉਸ ਵੱਲ ਵੇਖਿਆ, ਜਿਸ ਕਾਰਨ ਉਸ ਦੀ ਭੈੜੀ ਮੱਤ ਦੂਰ ਹੋ ਗਈ। ਕਹਿਣ ਲੱਗਾ, ਮੇਰੇ ਭਾਗ ਜਾਗ ਪਏ ਹਨ, ਆਪ ਜੀ ਦੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਪ੍ਰੇਮ ਉਤਪੰਨ ਹੋਇਆ ਹੈ। ਜਿਸ 'ਤੇ ਤੁਸੀਂ ਆਪਣਾ ਸੇਵਕ ਸਮਝ ਕੇ ਕਿਰਪਾ ਕਰਦੇ ਹੋ ਤਾਂ ਉਸਦੇ ਹਿਰਦੇ ਵਿੱਚ ਤੁਰੰਤ ਪ੍ਰਕਾਸ਼ ਕਰ ਦਿੰਦੇ ਹੋ। ਮੇਰਾ ਮਨ ਮਹਾਨ ਹੰਕਾਰ ਕਾਰਨ ਹੰਕਾਰੀ ਹੋ ਰਿਹਾ ਸੀ। ਮੈਂ ਮਤਹੀਣੇ ਨੇ ਆਪ ਦੀ ਮਹਿਮਾ ਨਹੀਂ ਸੀ ਜਾਣੀ। ਮੈਂ ਭੁੱਲ ਕੇ ਆਪ ਜੀ ਦੇ ਸਾਹਮਣੇ ਬੋਲਿਆ ਹਾਂ, ਪਰ ਤੁਸੀਂ ਵਿਰੋਧੀਆਂ ਉੱਤੇ ਵੀ ਦਿਆਲੂ ਹੋ। ਇਸ ਤਰ੍ਹਾਂ ਜਿਸ ਵਸਤੂ ਦਾ ਤੁਸੀਂ ਤਿਆਗ ਕਰਦੇ ਹੋ ਮੂਰਖ ਉਹ ਕੁਝ ਲੈ ਕੇ ਸਭ ਕੁਝ ਗਵਾ ਲੈਂਦੇ ਹਨ। ਹੁਣ ਮੈਂ ਸੰਤਾਂ ਦਾ ਮਹਾਤਮ ਜਾਣਿਆ ਹੈ ਜਿਨ੍ਹਾਂ ਤੋਂ ਆਤਮ ਗਿਆਨ ਪ੍ਰਾਪਤ ਹੁੰਦਾ ਹੈ। ਪਖੰਡ ਛੱਡ ਕੇ ਗੁਰੂ ਜੀ ਦਾ ਸਿੱਖ ਬਣਿਆ ਅਤੇ ਸਤਸੰਗਤ ਵਿੱਚ ਮਿਲ ਕੇ ਸੁੱਖ ਪ੍ਰਾਪਤ ਕੀਤਾ। ਕਦੀ ਗੁਰੂ ਜੀ ਦੇ ਪਾਸ ਰਹਿੰਦਾ ਸੀ, ਕਦੀ ਹੋਰ ਥਾਂ ਚਲੇ ਜਾਂਦਾ ਸੀ। ਗੁਰੂ ਜੀ ਦੇ ਚਰਨ ਕਮਲਾਂ ਨੂੰ ਉਸਨੇ ਹਿਰਦੇ ਵਿੱਚ ਧਾਰਨ ਕਰ ਲਿਆ। ਸਦਾ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਆਉਂਦੇ ਸਨ, ਧਨ ਭੇਟ ਕਰਕੇ ਬੜੇ ਪ੍ਰਸੰਨ ਹੁੰਦੇ ਸਨ। ਸ਼੍ਰੀ ਗੁਰੂ ਅਮਰਦਾਸ ਜੀ ਇੰਨਾ ਕੁ ਧਨ ਲੈਂਦੇ ਸਨ ਜਿਸ ਨਾਲ ਇੱਕ ਦਿਨ ਦਾ ਖਰਚ ਚੱਲ ਸਕੇ। ਜੇ ਸਿੱਖ ਸੇਵਕ ਵਾਧੂ ਅਰਪਣ ਕਰਦੇ ਸਨ ਤਾਂ ਵਾਪਸ ਕਰ ਦਿੰਦੇ ਸਨ। ਦਿਨ ਰਾਤ ਬਹੁਤ ਲੰਗਰ ਚੱਲਦਾ ਸੀ, ਨਾ ਧਨ ਇਕੱਠਾ ਕਰਦੇ ਸਨ ਅਤੇ ਨਾ ਹੀ ਘਰ ਵਿੱਚ ਰੱਖਦੇ ਸਨ। ਉਹਨਾਂ ਧਨ ਹੀ ਲੈਂਦੇ ਸਨ ਜਿਸ ਨਾਲ ਇੱਕ ਦਿਨ ਦਾ ਭੋਜਨ ਚੱਲ ਸਕੇ। ਨੇਤਾ ਪ੍ਰਤ ਧਨ ਆਉਂਦਾ ਸੀ ਅਤੇ ਗੁਜ਼ਾਰਾ ਚੱਲਦਾ ਸੀ।
ਸਾਰੀ ਉਮਰ ਇਹ ਪ੍ਰਣ ਧਾਰਨ ਕਰੀ ਰੱਖਿਆ। ਗੁਣਾਂ ਦੀ ਖਾਨ ਭਾਵ ਚੌਥੇ ਪਾਤਸ਼ਾਹ ਦੀ ਲਕਸ਼ਮੀ ਨੇ ਮਹਾਨ ਸੇਵਾ ਕੀਤੀ। ਲਕਸ਼ਮੀ ਤਿੰਨਾਂ ਗੁਰਾਂ ਪਾਸ ਜਾਣ ਲਈ ਆਗਿਆ ਮੰਗਦੀ ਰਹੀ, ਪਰ ਉਹਨਾਂ ਨੇ ਕਿਸੇ ਤਰ੍ਹਾਂ ਵੀ ਪਾਸ ਨਾ ਢੁਕਣ ਦਿੱਤਾ। ਚੌਥੇ ਗੁਰੂ ਜੀ ਮਹਾਂਬਲੀ ਅਤੇ ਯੋਧਾ ਜਦ ਗੱਦੀ 'ਤੇ ਬੈਠੇ ਤਾਂ ਉਹ ਲਕਸ਼ਮੀ ਨੂੰ ਪਹਿਲੇ ਗੁਰੂ ਸਾਹਿਬਾਨ ਵਾਂਗ ਵੀ ਸਮਝਦੇ ਸਨ। ਜਦ ਲਕਸ਼ਮੀ ਉਹਨਾਂ ਪਾਸ ਆਈ ਤਾਂ ਉਹਨਾਂ ਨੇ ਅੰਗੀਕਾਰ ਕਰ ਲਈ। ਸਿੱਖਾਂ ਦੇ ਸਮੂਹ ਆ ਕੇ ਲਕਸ਼ਮੀ ਨੂੰ ਅਰਪਣ ਕਰ ਰਹੇ ਸਨ, ਪਰ ਗੁਰੂ ਜੀ ਆਪ ਮਾਇਆ ਤੋਂ ਇਸ ਤਰ੍ਹਾਂ ਨਿਰਲੇਪ ਰਹਿੰਦੇ ਸਨ ਜਿਸ ਤਰ੍ਹਾਂ ਕੰਵਲ ਦਾ ਫੁੱਲ ਜਲ ਵਿੱਚ ਰਹਿ ਕੇ ਵੀ ਜਲ ਨੂੰ ਛੂੰਹਦਾ ਨਹੀਂ ਹੈ। ਪ੍ਰਿਥੀਆ ਗੁਰੂ ਜੀ ਦੇ ਪਾਸ ਰਹਿਣ ਲੱਗ ਗਿਆ। ਉਸਦਾ ਧਨ ਦੇ ਨਾਲ ਬਹੁਤ ਪ੍ਰੇਮ ਸੀ। ਸਾਰਾ ਧਨ ਉਹ ਸੰਭਾਲਦਾ ਸੀ ਅਤੇ ਲੰਗਰ ਚਲਾਉਂਦਾ ਸੀ ਅਤੇ ਹੋਰ ਕਾਰਜਾਂ 'ਤੇ ਵੀ ਧਨ ਲਗਾਉਂਦਾ ਸੀ। ਗੁਰੂ ਜੀ ਦਾ ਦੂਸਰਾ ਸਪੁੱਤਰ ਭਾਈ ਮਹਾਂਦੇਵ ਮਨ ਮਸਤ ਰਹਿੰਦਾ ਸੀ। ਉਹ ਲਾਭ ਹਾਣ ਕੁਝ ਵੀ ਨਹੀਂ ਸੀ ਗਿਣਦਾ। ਹਿਰਦੇ ਵਿੱਚ ਪਿਤਾ ਗੁਰੂ ਜੀ ਬਾਰੇ ਭਾਰੀ ਪ੍ਰੇਮ ਸੀ ਅਤੇ ਤੀਸਰੇ ਸਪੁੱਤਰ ਸ਼੍ਰੀ ਅਰਜਨ ਦੇਵ ਜੀ ਨੇ ਭਗਤੀ ਸੰਭਾਲੀ ਹੋਈ ਸੀ। ਆਪਣੀ ਮਾਤਾ ਬੀਬੀ ਭਾਨੀ ਜੀ ਦੀ ਆਗਿਆ ਅਨੁਸਾਰ ਚੱਲਦੇ ਸਨ ਅਤੇ ਬੰਧਨਾ ਕਰਕੇ ਸੇਵਾ ਦੀ ਪਾਲਣਾ ਕਰਦੇ ਸਨ। ਮਨ ਵਿੱਚ ਪਿਤਾ ਜੀ ਵਾਸਤੇ ਬਹੁਤ ਸ਼ਰਧਾ ਧਾਰਨ ਕੀਤੀ ਸੀ ਅਤੇ ਧਨ ਨਾਲ ਕਿਸੇ ਪ੍ਰਕਾਰ ਦਾ ਵੀ ਵਿਹਾਰ ਨਹੀਂ ਰੱਖਦੇ ਸਨ। ਸਾਰੇ ਜਾਣਦੇ ਸਨ ਹਾਲੇ ਛੋਟੀ ਉਮਰ ਹੈ, ਇਸ ਕਰਕੇ ਉਹਨਾਂ ਦੇ ਕਾਰ ਵਿਹਾਰ ਨੂੰ ਪਛਾਣਦੇ ਨਹੀਂ ਹਨ। ਪਿਤਾ ਗੁਰੂ ਜੀ ਉਹਨਾਂ ਦੀ ਪ੍ਰੀਤ ਬਾਰੇ ਜਾਣਦੇ ਸਨ ਅਤੇ ਇਹ ਵੀ ਜਾਣਦੇ ਸਨ ਜਿਵੇਂ ਭਗਤ ਜਨਾਂ ਦੇ ਦਿਲ ਵਿੱਚ ਵਰਤਦੀ ਹੈ, ਭਾਵ ਗੁਰੂ ਜੀ ਅੰਤਰਜਾਮੀ ਹਨ। ਪਿਤਾ ਗੁਰੂ ਰਾਮਦਾਸ ਜੀ ਇਹ ਸਮਝਦੇ ਸਨ ਸਭ ਗੁਣਾਂ ਵਿੱਚ ਨਿਪੁੰਨ ਸ਼੍ਰੀ ਅਰਜਨ ਦੇਵ ਜੀ ਸੋਢੀ ਵੰਸ਼ ਦਾ ਗਹਿਣਾ ਹੋਣਗੇ, ਆਪਣੀ ਕੁੱਲ ਵਿੱਚ ਹੀ ਗੁਰਿਆਈ ਰੱਖਣਗੇ, ਕਿਸੇ ਹੋਰ ਥਾਂ ਨਹੀਂ ਜਾਣ ਦੇਣਗੇ, ਟਿਕਾਈ ਰੱਖਣਗੇ। ਹੋਰ ਲੋਕ ਪ੍ਰਿਥੀਆਂ ਨੂੰ ਜਾਣਦੇ ਸਨ, ਕਹਿੰਦੇ ਸਨ ਸਾਰੇ ਕਾਰੋਬਾਰ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦਾ ਹੈ, ਸਦਾ ਹੀ ਪਿਤਾ ਜੀ ਦੇ ਨਜ਼ਦੀਕ ਰਹਿੰਦਾ ਹੈ ਅਤੇ ਸਾਰਾ ਲੈਣ ਦੇਣ ਕਰਦਾ ਹੈ, ਸਾਰੇ ਕਾਰ ਵਿਹਾਰ ਵਿੱਚ ਸੁਚੇਤ ਹੈ, ਸਾਰੇ ਕਾਰਜ ਕਰਦਾ ਹੈ ਅਤੇ ਪਿਤਾ ਜੀ ਨੂੰ ਨਹੀਂ ਕਹਿੰਦਾ ਹੈ। ਸਤਿਗੁਰੂ ਜੀ ਉਸ ਨੂੰ ਕਿਸੇ ਤਰ੍ਹਾਂ ਵੀ ਕੁਝ ਨਹੀਂ ਸੀ ਕਹਿੰਦੇ, ਸਿੱਖਾਂ ਵਿੱਚ ਸਥਿਤ ਹੋ ਕੇ ਉਪਦੇਸ਼ ਦਿੰਦੇ ਸਨ। ਇੱਕ ਦਿਨ ਬਹੁਤ ਸੰਗਤ ਇਕੱਠੀ ਹੋਈ, ਸਾਰੀ ਸੰਗਤ ਗੁਰੂ ਜੀ ਦੀ ਬਾਣੀ ਸੁਣਨਾ ਚਾਹੁੰਦੀ ਸੀ। ਦਰਬਾਰ ਵਾਲੇ ਸਥਾਨ 'ਤੇ ਮਹਾਨ ਦੀਵਾਨ ਲੱਗਿਆ ਸੀ, ਗੁਰਮੁਖ ਚਤੁਰ ਸਿੱਖ ਮਿਲ ਰਹੇ ਸਨ। ਜਿਵੇਂ ਚਕੌਰਾਂ ਦੇ ਝੁੰਡ ਇਕੱਠੇ ਹੋ ਕੇ ਸਤਿਗੁਰ ਦੇ ਚੰਦਰਮੁਖ ਨੂੰ ਵੇਖ ਰਹੇ ਹੋਣ, ਸਮੂਹ ਚਾਤਰਿਕ ਆਪਣੇ ਆਪ ਬਹੁਤ ਤ੍ਰਿਖਾਵੰਤ ਜਾਣ ਕੇ ਬੱਦਲ ਰੂਪੀ ਗੁਰੂ ਜੀ ਪਾਸੋਂ ਉਪਦੇਸ਼ ਰੂਪੀ ਜਲ ਦੀ ਬੂੰਦ ਚਾਹੁੰਦੇ ਹੋਣ, ਸਾਰੇ ਸਿੱਖਾਂ ਦੀ ਲਾਲਸਾ ਜਾਣ ਕੇ ਸਤਿਗੁਰੂ ਜੀ ਕਿਰਪਾਲੂ ਹੋ ਕੇ ਕਹਿਣ ਲੱਗੇ, ਜੇ ਕੋਈ ਮੇਰਾ ਸਿੱਖ ਕਹਾਵੇ ਅਤੇ ਅੰਤ ਸਮੇਂ ਸ਼ੁਭ ਗਤੀ ਪਾਉਣਾ ਚਾਹੁੰਦਾ ਹੋਵੇ, ਉਸਦਾ ਚਿੱਤ ਸਦਾ ਹੀ ਸੇਵਾ ਕਰਨੀ ਚਾਹੇ, ਆਪਣੇ ਹਿਰਦੇ ਵਿੱਚ ਕਦੇ ਵੀ ਹੰਕਾਰ ਧਾਰਨ ਨਾ ਕਰੇ, ਪਹਿਲੇ ਯੁੱਗਾਂ ਵਿੱਚ ਲੋਕ ਬੜੇ ਕਠਿਨ ਤਪ ਕਰਦੇ ਸਨ, ਉਸਦਾ ਚਿੱਤ ਸਦਾ ਹੀ ਸੇਵਾ ਕਰਨੀ ਚਾਹੇ, ਆਪਣੇ ਹਿਰਦੇ ਵਿੱਚ ਕਦੇ ਵੀ ਹੰਕਾਰ ਧਾਰਨ ਨਾ ਕਰੇ। ਪਹਿਲੇ ਯੁੱਗਾਂ ਵਿੱਚ ਲੋਕ ਬੜੇ ਕਠਿਨ ਤਪ ਕਰਦੇ ਸਨ, ਆਪਣੇ ਸਰੀਰ 'ਤੇ ਬਹੁਤ ਪ੍ਰਕਾਰ ਦੇ ਕਸ਼ਟ ਸਹਾਰਦੇ ਸਨ। ਅੰਤ ਹੈ ਕਰਨ, ਯਾਨੀ ਕਿ ਅੰਤਰ ਦੀ ਜ਼ਿੰਦਗੀ ਜਿਸ ਦੇ ਸੰਯੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਕਰਦੀਆਂ ਹਨ, ਇਸ ਦੇ ਚਾਰ ਭੇਦ ਹਨ। ਪਹਿਲਾ ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ। ਦੂਜਾ ਬੁੱਧੀ, ਜਿਸ ਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ। ਤੀਜਾ ਚਿੱਤ, ਜਿਸ ਕਰਕੇ ਚੇਤਾ ਹੁੰਦਾ ਹੈ। ਚੌਥਾ ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਜੁੜਦਾ ਹੈ, ਨਿਰਮਲ ਕਰ ਲੈਂਦੇ ਸਨ ਅਤੇ ਨਿਸ਼ਕਾਮ ਹੋ ਕੇ ਸਥਿਰ ਆਨੰਦ ਪ੍ਰਾਪਤ ਕਰਦੇ ਸਨ। ਅਜਿਹੇ ਤਪ ਦਾ ਹੁਣ ਸਮਾਂ ਨਾ ਜਾਣੋ, ਸਤਸੰਗਤ ਦੀ ਸੇਵਾ ਧਾਰਨ ਕਰੋ। ਇਸ ਨਾਲ ਤਪ ਨਾਲੋਂ 10 ਗੁਣਾ ਜ਼ਿਆਦਾ ਫਲ ਮਿਲਦਾ ਹੈ, ਅੰਤ ਸਮੇਂ ਬਹੁਤ ਬਲ ਪ੍ਰਾਪਤ ਕਰਦਾ ਹੈ। ਜਿਹੜੇ ਤਪ ਨੂੰ ਬਹੁਤ ਦਿਨਾਂ ਤੱਕ ਹਰ ਵੇਲੇ ਤਾਪਦੇ ਹਨ, ਉਹ ਸੇਵਾ ਨਾਲੋਂ ਬਹੁਤ ਥੋੜ੍ਹਾ ਫਲ ਪ੍ਰਾਪਤ ਕਰਦੇ ਹਨ। ਜਿਹੜੇ ਦ੍ਰਿੜ ਸ਼ਰਧਾ ਧਾਰਨ ਕਰਕੇ ਸੇਵਾ ਕਰਦੇ ਹਨ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ ਅਤੇ ਉਹ ਭਾਵ ਸਾਗਰ ਨੂੰ ਤਰ ਜਾਂਦੇ ਹਨ। ਆਪਾਂ ਕਦੇ ਵੀ ਨਾ ਜਣਾਵੋ ਅਤੇ ਕਠੋਰ ਸ਼ਬਦ ਕਹਿ ਕੇ ਕਿਸੇ ਦਾ ਮਨ ਨਾ ਦੁਖਾਵੋ। ਸੇਵਾ ਕਰਕੇ ਚਾਰ ਪਦਾਰਥ ਪ੍ਰਾਪਤ ਕਰੋ, ਧਰਮ, ਅਰਥ, ਕਾਮ ਅਤੇ ਮੋਖ। ਗੁਰਸਿੱਖ ਦੀ ਸੇਵਾ ਕਰੋ ਜਿਸ ਨਾਲ ਤੁਹਾਡਾ ਕਲਿਆਣ ਹੋਵੇ। ਸੇਵਾ ਬਗੈਰ ਭਗਤੀ ਨਹੀਂ ਪਾਈ ਜਾ ਸਕਦੀ ਅਤੇ ਭਗਤੀ ਬਗੈਰ ਗਿਆਨ ਨਹੀਂ ਉਪਜਦਾ। ਗਿਆਨ ਬਗੈਰ ਮੋਖ ਪਦਾਰਥ ਪ੍ਰਾਪਤ ਨਹੀਂ ਹੁੰਦਾ, ਇਸ ਲਈ ਸੇਵਾ ਹੀ ਸਭ ਦਾ ਮੁੱਖ ਹੈ। ਸੋ ਸੇਵਾ ਕਰੋ ਅਤੇ ਨਿਹਾਲ ਹੋਵੋ,
ਜਿਹੜੇ ਸਤਸੰਗਤ ਦੀ ਸੇਵਾ ਧਾਰਨ ਕਰਦੇ ਹਨ ਉਹਨਾਂ ਨੂੰ ਮੇਰਾ ਮਨ ਬਹੁਤ ਪਿਆਰਾ ਮੰਨਦਾ ਹੈ। ਆਪਣੀ ਸਮਰੱਥਾ ਅਨੁਸਾਰ ਭੋਜਨ ਤਿਆਰ ਕਰਾਵੇ ਅਤੇ ਸਨੀਮਰ ਹੋ ਕੇ ਸਿੱਖਾਂ ਅਤੇ ਸੰਤਾਂ ਨੂੰ ਖਵਾਏ, ਚਰਨ ਧੋ ਕੇ ਜਲ ਛਕਾਵੇ, ਹੱਥ ਵਿੱਚ ਪੱਖਾ ਲੈ ਕੇ ਹਵਾ ਝੁਲਾਵੇ, ਮਿੱਠੇ ਬਚਨ ਕਹਿ ਕੇ ਚਰਨ ਦਬਾਵੇ, ਕਹਿਣ ਜਾਂ ਮੰਗਣ ਤੋਂ ਬਗੈਰ ਹੀ ਵਸਤਰ ਪਹਿਨਾਵੇ ਅਤੇ ਫੁੱਲ ਅਤੇ ਫਲ ਅਰਪਣ ਕਰੇ ਅਤੇ ਸੰਤਾਂ ਦੇ ਵਸਤਰਾਂ ਨੂੰ ਧੋਵੇ, ਸੁੰਦਰ ਮੰਦਰ ਬਣਾਵੇ ਜਿਸ ਵਿੱਚ ਸੰਤ ਸਮੂਹ ਰਹਿ ਕੇ ਵਿਸ਼ਰਾਮ ਕਰਨ, ਸ਼ਰਧਾ ਅਤੇ ਪ੍ਰੇਮ ਸਹਿਤ ਸੇਵਾ ਕਰੇ ਅਤੇ ਮਨ ਵਿੱਚ ਕਦੀ ਵੀ ਅਹੰਕਾਰ ਨਾ ਧਾਰਨ ਕਰੇ। ਇਸ ਦੇ ਹਵਾਲੇ ਵਿੱਚ ਇੱਕ ਕਥਾ ਸੁਣਾਈ। ਇੱਕ ਮਨੁੱਖ ਨੇ ਪੰਛੀਆਂ ਦੀ ਸੇਵਾ ਕਰਨ ਦਾ ਮਨ ਬਣਾਇਆ। ਉੱਚੀ ਸਥਾਨ 'ਤੇ ਧਰ ਕੇ ਪਾਣੀ ਅਤੇ ਚੋਗਾ ਪਾਉਂਦਾ ਸੀ। ਸਾਰੇ ਪੰਛੀ ਉਸਦੇ ਘਰ ਪਹੁੰਚਦੇ ਸਨ। ਪੰਛੀ ਉਸ ਮਨੁੱਖ ਉੱਤੇ ਬਹੁਤ ਪ੍ਰਸੰਨ ਹੋਏ। ਉਸ ਮਨੁੱਖ ਨੇ ਦੋ ਹੰਸ ਵੀ ਆਪਣੇ ਘਰ ਲਿਆਂਦੇ, ਪਰ ਉਹ ਹੰਸ ਨਾ ਚੋਗਾ ਖਾਂਦੇ ਸਨ ਅਤੇ ਨਾ ਹੀ ਪਾਣੀ ਪੀਂਦੇ ਸਨ। ਉਹਨਾਂ ਨੂੰ ਵੇਖ ਕੇ ਮਨੁੱਖ ਨੇ ਚਿੱਤ ਵਿੱਚ ਚਿੰਤਾ ਕੀਤੀ। ਕਿਸੇ ਨੇ ਆ ਕੇ ਉਸਨੂੰ ਸਮਝਾਇਆ, ਇਹ ਮੋਤੀ ਅਤੇ ਦੁੱਧ ਦਾ ਭੋਜਨ ਕਰਕੇ ਹੀ ਤ੍ਰਿਪਤ ਹੁੰਦੇ ਹਨ। ਇਹ ਸੁਣ ਕੇ ਉਸ ਮਨੁੱਖ ਨੇ ਅਨਵਿਧ ਯਾਨੀ ਕਿ ਛੇਕ ਤੋਂ ਬਗੈਰ ਮੋਤੀ ਮੰਗਵਾਏ। ਆਪਣੀ ਰੁਚੀ ਅਨੁਸਾਰ ਹੰਸਾਂ ਨੇ ਉਹ ਖਾਧੇ। ਉਹ ਦੁੱਧ ਪੀ ਲੈਂਦੇ ਸਨ ਅਤੇ ਪਾਣੀ ਛੱਡ ਦਿੰਦੇ ਸਨ। ਉਸਦੇ ਪ੍ਰੇਮ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਹੰਸਾਂ ਨੇ ਦੋ ਲਾਲ ਉਗਲ ਦਿੱਤੇ। ਹੰਸ ਉੱਡ ਗਏ ਅਤੇ ਲਾਲ ਉਸ ਮਨੁੱਖ ਨੇ ਲੈ ਲਏ। ਉਹਨਾਂ ਲਾਲਾਂ ਨੂੰ ਵੇਚ ਕੇ ਉਸ ਬਹੁਤ ਧਨ ਕਮਾਇਆ ਅਤੇ ਇੱਕ ਸੁੰਦਰ ਘਰ ਬਣਾ ਲਿਆ। ਫਿਰ ਉਹ ਪੰਛੀਆਂ ਦੀ ਬਹੁਤ ਸੇਵਾ ਕਰਨ ਲੱਗਾ। ਇੱਕ ਵਾਰ ਹੰਸਾਂ ਦਾ ਇੱਕ ਝੁੰਡ ਆਇਆ। ਹੰਸਾਂ ਨੇ ਸੋਚਿਆ, ਚੱਲ ਕੇ ਆਪਣੇ ਭਗਤ ਦਾ ਘਰ ਵੇਖਦੇ ਹਾਂ। ਇਹ ਚਾਹਤ ਲੈ ਕੇ ਹਜ਼ਾਰਾਂ ਹੰਸ ਉਸ ਮਨੁੱਖ ਦੇ ਘਰ ਆ ਗਏ। ਉਸ ਮਨੁੱਖ ਨੇ ਉਹਨਾਂ ਹੰਸਾਂ ਅੱਗੇ ਅਣਵਿਧੇ ਮੋਤੀ ਰੱਖੇ ਅਤੇ ਪ੍ਰੇਮ ਕਰਕੇ ਦੁੱਧ ਦੀ ਸੇਵਾ ਕੀਤੀ। ਉਸ ਮਨੁੱਖ ਉੱਤੇ ਫਿਰ ਉਹ ਸਾਰੇ ਹੰਸ ਬਹੁਤ ਪ੍ਰਸੰਨ ਹੋਏ। ਉਹਨਾਂ ਉਸ ਨੂੰ ਅਨੇਕਾਂ ਲਾਲ ਦਿੱਤੇ। ਪੰਛੀਆਂ ਦੀ ਸੇਵਾ ਕਰਨ ਨਾਲ ਹੀ ਉਹ ਰਾਜਿਆਂ ਦੇ ਬਰਾਬਰ ਹੋ ਗਿਆ। ਇਸ ਤਰ੍ਹਾਂ ਹੀ ਸੰਤਾਂ ਦੀ ਸੇਵਾ ਕਰਨ ਨਾਲ ਮਹਾਨ ਫਲ ਮਿਲਦਾ ਹੈ। ਸੰਤ ਸਦਾ ਹੀ ਨਿਧੀਆਂ ਸਿੱਧੀਆਂ ਦੇ ਦਾਤਾ ਹੁੰਦੇ ਹਨ ਅਤੇ ਅੰਤ ਸਮੇਂ ਮੋਖ ਪਦਾਰਥ ਦਿੰਦੇ ਹਨ। ਮੇਰੇ ਜਿਹੜੇ ਹੰਸ ਸਮਾਨ ਸਿੱਖ ਹਨ, ਇਹਨਾਂ ਦੀ ਸੇਵਾ ਕਰਨ ਨਾਲ ਵੱਡਾ ਫਲ ਪ੍ਰਾਪਤ ਹੁੰਦਾ ਹੈ। ਕੋਈ ਐਸੀ ਦੁਰਲਭ ਵਸਤੂ ਨਹੀਂ ਹੈ ਜਿਹੜੀ ਸਿੱਖਾਂ ਦੀ ਸੇਵਾ ਕਰਨ ਨਾਲ ਪ੍ਰਾਪਤ ਨਾ ਹੋ ਸਕੇ। ਇਸ ਤਰ੍ਹਾਂ ਹੀ ਸਤਿਗੁਰ ਦੀ ਸੇਵਾ ਕਰਨ ਦਾ ਵੱਡਾ ਮਾਤਮ ਹੈ। ਕਹਿ ਸੁਣ ਕੇ ਸਿੱਖ ਆਤਮ ਸੁੱਖ ਪ੍ਰਾਪਤ ਕਰਦੇ ਹਨ। ਬ੍ਰਿਧ ਸਤਿਗੁਰੂ ਸ੍ਰੀ ਅਮਰਦਾਸ ਜੀ ਪਾਸ ਆ ਕੇ ਬਾਦਸ਼ਾਹ ਅਕਬਰ ਨੇ ਬੇਨਤੀ ਕਰਕੇ ਕੁਝ ਪਿੰਡ ਅਰਪਣ ਕੀਤੇ ਸਨ। ਉਹ ਸਾਰੇ ਹੀ ਪਿੰਡ ਗੁਰਤਾ ਗੱਦੀ ਸਮੇਤ ਭੱਲਿਆਂ ਦੇ ਨਾਥ ਭਾਵ ਸਤਿਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਹੀ ਗੁਰੂ ਰਾਮਦਾਸ ਜੀ ਨੂੰ ਭੇਜਿਆ ਅਤੇ ਉਹਨਾਂ ਨੂੰ ਸਰੋਵਰ ਬਣਾਉਣ ਦਾ ਆਦੇਸ਼ ਕੀਤਾ। ਕੁਝ ਸਰੋਵਰ ਵੀ ਪਟਵਾਇਆ ਅਤੇ ਨਗਰ ਵੀ ਵਸਾਇਆ। ਉਸ ਨਗਰ ਦਾ ਨਾਂ ਗੁਰੂ ਕਾ ਚੱਕ ਰੱਖਿਆ। ਇਸ ਤਰ੍ਹਾਂ ਸਾਰੇ ਸਿੰਘ ਇਤਿਹਾਸ ਸੁਣ ਰਹੇ ਸਨ, ਜਿਹੜਾ ਇਤਿਹਾਸ ਵਿਕਾਰਾਂ ਰੂਪੀ ਹਾਥੀ ਨੂੰ ਮਾਰਨ ਲਈ ਵੱਡੇ ਸ਼ੇਰ ਵਾਂਗ ਹੈ। ਤਦ ਸਰੋਤੇ ਹੱਥ ਜੋੜ ਕੇ ਬੋਲੇ, ਹੇ ਭਾਈ ਰਾਮ ਕੁਮਾਰ ਜੀ, ਤੁਸੀਂ ਆਨੰਦ ਦੇ ਪ੍ਰਕਾਸ਼ ਹੋ। ਗੁਰਕਥਾ ਸੁਣਾ ਕੇ ਸਰਬ ਸੁੱਖ ਦਿੱਤੇ ਹਨ, ਜਿਸ ਨੂੰ ਸੁਣ ਕੇ ਸਾਡੇ ਹਿਰਦੇ ਪ੍ਰਫੁੱਲਿਤ ਹੋ ਗਏ ਹਨ। ਹੁਣ ਸ਼੍ਰੀ ਅੰਮ੍ਰਿਤਸਰ ਦੀ ਕਥਾ ਸੁਣਾਵੋ ਜਿਵੇਂ ਹੋਈ। ਤਿੰਨਾਂ ਲੋਕਾਂ ਦੇ ਅੰਦਰ ਐਸਾ ਸੁੰਦਰ ਤੀਰਥ ਸੁਣਿਆ ਨਹੀਂ ਹੈ। ਇਸ ਤੀਰਥ ਦੀ ਕਿਵੇਂ ਉਤਪਤੀ ਹੋਈ, ਜਿਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਜਿਸ ਦਾ ਮਹਾਨ ਮਹਾਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਹੈ, ਕਿਸ ਪ੍ਰਕਾਰ ਇਹ ਤਾਲ ਬਣਾਇਆ ਗਿਆ ਅਤੇ ਸੁੰਦਰ ਹਰੀ ਦਾ ਮੰਦਰ ਉਸਾਰਿਆ ਗਿਆ। ਲਕਸ਼ਮੀ ਸਥਿਰ ਹੋ ਕੇ ਉਸਦੀ ਸੇਵਾ ਕਰਦੀ ਹੈ ਅਤੇ ਸੰਤਾਂ ਦੇ ਚਿੱਤ ਨੂੰ ਬਹੁਤ ਚੰਗੀ ਲੱਗਦੀ ਹੈ। ਜਗਤ ਵਿੱਚ ਐਸਾ ਮਹਾਂਕਠੋਰ ਕੋਈ ਨਹੀਂ ਹੈ ਜਿਸ ਦੇ ਮਨ ਵਿੱਚ ਇਸ ਮਹਾਨ ਤੀਰਥ ਦੇ ਦਰਸ਼ਨ ਕਰਨ ਦੀ ਸ਼ਰਧਾ ਨਾ ਹੋਵੇ। ਜਗਤ ਵਿੱਚ ਐਸਾ ਦੁਰਭਾਗਾ ਕੌਣ ਹੈ ਜਿਹੜਾ ਇਸ ਸਥਾਨ ਦੇ ਦਰਸ਼ਨ ਨਾ ਕਰਨਾ ਚਾਹੁੰਦਾ ਹੋਵੇ। ਦਰਸ਼ਨ ਕਰਨ ਨਾਲ ਮਨ ਜਿੱਤਿਆ ਜਾਂਦਾ ਹੈ ਅਤੇ ਇਸ਼ਨਾਨ ਕਰਨ ਨਾਲ ਭਾਰੀ ਸੁੱਖ ਮਿਲਦਾ ਹੈ। ਸਾਰੇ ਲੋਕਾਂ ਨੂੰ ਸਭ ਫਲ ਦੇਣ ਵਾਲਾ ਹੈ, ਜਿਵੇਂ ਕਿਰਪਾਲੂ ਜਗਤ ਦਾ ਸੁਆਮੀ ਹੋਵੇ। ਦੇਵਤਿਆਂ ਦੇ ਰਹਿਣ ਦੇ ਲਾਇਕ ਹੈ। ਕਿਸੇ ਪ੍ਰਕਾਰ ਦਾ ਦੁੱਖ ਸੁੱਖ ਹੋਵੇ ਤਾਂ ਸਹਾਇਤਾ ਕਰਨ ਵਾਲਾ ਬਣਦਾ ਹੈ। ਹਰਿਮੰਦਰ ਸਾਹਿਬ ਬਾਰੇ ਸਾਰਾ ਪ੍ਰਸੰਗ ਸੁਣਾਓ ਅਤੇ ਸਰੋਤਿਆਂ ਦੇ ਸੰਦੇਹ ਨੂੰ ਦੂਰ ਕਰੋ। ਸਾਰਿਆਂ ਦੇ ਹਿਰਦੇ ਵਿੱਚ ਭਾਰੀ ਲਾਲਸਾ ਹੈ, ਅਸੀਂ ਆ ਕੇ ਤੁਹਾਡੀ ਸ਼ਰਨ ਫੜੀ ਹੈ। ਤੁਸੀਂ ਹਰ ਤਰ੍ਹਾਂ ਨਾਲ ਮਹਾਂ ਕਿਰਪਾਲੂ ਹੋ। ਤੁਸੀਂ ਬ੍ਰਹਮ ਗਿਆਨੀ ਹੋ, ਮਹਾਂ ਤਤਵੇਤਾ ਹੋ, ਤੁਸੀਂ ਸਰਬ ਸ਼ਕਤੀਮਾਨ ਹੋ। ਜਿਵੇਂ ਚਾਹੋ ਉਸ ਤਰ੍ਹਾਂ ਹੀ ਕਰ ਸਕਦੇ ਹੋ। ਤਿੰਨਾਂ ਲੋਕਾਂ ਵਿੱਚ ਤੁਹਾਨੂੰ ਕਿਸੇ ਦਾ ਭੈ ਨਹੀਂ ਹੈ।
ਭੂਤ ਅਤੇ ਭਵਿੱਖ ਦੇ ਸਾਰੇ ਬਿਰਤਾਂਤਾਂ ਬਾਰੇ ਆਪ ਜੀ ਨੂੰ ਸਰਵ ਪ੍ਰਕਾਰ ਦਾ ਗਿਆਨ ਹੈ, ਪ੍ਰੇਮ ਜਾਣ ਕੇ ਸਰੋਤਿਆਂ ਦੀ ਗੱਲ ਮੰਨ ਕੇ ਅੰਮ੍ਰਿਤਸਰ ਦੀ ਕਥਾ ਬਿਆਨ ਕਰੋ। ਭਾਈ ਰਾਮ ਕੁਮਾਰ ਨੇ ਜਦ ਇਹ ਬੇਨਤੀ ਸੁਣੀ ਤਾਂ ਮਨ ਬਹੁਤ ਪ੍ਰਸੰਨ ਹੋਇਆ। ਕਥਾ ਸੁਣਨ ਦੀ ਲਾਲਸਾ ਨੂੰ ਉਹ ਸਮਝ ਗਏ ਕਿ ਸਰੋਤਿਆਂ ਦੇ ਮਨ ਵਿੱਚ ਕਥਾ ਸੁਣਨ ਦੀ ਬਹੁਤ ਪ੍ਰੀਤ ਹੈ। ਸਰੋਤਿਆਂ ਦੇ ਅਪਾਰ ਪਿਆਰ ਨੂੰ ਵੇਖ ਕੇ ਭਾਈ ਜੀ ਦੇ ਹਿਰਦੇ ਵਿੱਚ ਗੁਰੂ ਕਥਾ ਬਿਆਨ ਕਰਨ ਦੀ ਪ੍ਰੀਤ ਵਧੀ। ਜਦ ਸਾਹਿਬ ਸਿੰਘ ਆਦਿ ਜੋ ਸਰੋਤੇ ਸਨ ਉਹਨਾਂ ਆਨੰਦ ਦਾ ਪ੍ਰਕਾਸ਼ ਕਰਨ ਵਾਲੀ ਸ਼ਲਾਘਾ ਕੀਤੀ, ਤਦ ਭਾਈ ਰਾਮ ਕੁਮਾਰ ਨੇ ਕਿਹਾ, ਧੰਨ ਤੁਹਾਡੀ ਸ੍ਰੇਸ਼ਟ ਬੁੱਧੀ ਹੈ ਅਤੇ ਧੰਨ ਤੁਹਾਡੀ ਚਾਹਤ ਹੈ। ਗੁਰੂ ਜੀ ਦੀ ਕਥਾ ਸੁਣਨ ਦੇ ਤੁਸੀਂ ਅਧਿਕਾਰੀ ਹੋ, ਸਾਰੀ ਕਥਾ ਪ੍ਰੇਮ ਧਾਰ ਕੇ ਸੁਣੋ। ਸਾਰੇ ਸਰੋਤਿਆਂ ਦੇ ਹਿਰਦਿਆਂ ਨੂੰ ਪ੍ਰਸੰਨ ਕਰਾਂਗਾ। ਜਿਸ ਕਥਾ ਦੇ ਸੁਣਨ ਨਾਲ ਸਾਰੇ ਭਰਮ ਦੂਰ ਹੋ ਜਾਂਦੇ ਹਨ ਅਤੇ ਗੁਰੂ ਆਸ਼ੇ ਬਾਰੇ ਸਾਰੇ ਸਿੱਖ ਜਾਣਕਾਰੀ ਪਾ ਲੈਂਦੇ ਹਨ। ਗੁਰੂ ਇਤਿਹਾਸ ਅਤਿ ਸੁੰਦਰ ਹੈ, ਇਹ ਹਿਰਦੇ ਦੇ ਸਾਰੇ ਵਿਕਾਰਾਂ ਦਾ ਨਾਸ਼ ਕਰਦਾ ਹੈ। ਸ੍ਰੀ ਅੰਮ੍ਰਿਤਸਰ ਦੀ ਸ਼ੁਭ ਕਥਾ ਜਿਸ ਤਰ੍ਹਾਂ ਹੋਈ ਹੈ ਉਸ ਤਰ੍ਹਾਂ ਹੀ ਮੈਂ ਉਚਾਰਨ ਕਰਦਾ ਹਾਂ। ਇੱਕ ਮਨ ਹੋ ਕੇ ਪ੍ਰੀਤ ਲਾ ਕੇ ਸੁਣੋ। ਹੇ ਮਿੱਤਰੋ, ਇਸ ਨੂੰ ਸੁਣਨ ਨਾਲ ਮਹਾਨ ਮਹਾਤਮ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰੂ ਦੀ ਕਥਾ ਸੁੱਖਾਂ ਦੀ ਰਾਸ ਹੈ ਅਤੇ ਜਨਮ ਮਰਨ ਦੇ ਕਸ਼ਟ ਦੂਰ ਹੋ ਜਾਂਦੇ ਹਨ। ਭਾਈ ਰਾਮ ਕੁਮਾਰ ਨੇ ਫਿਰ ਸਰੋਤਿਆਂ ਨੂੰ ਸਾਵਧਾਨ ਕਰ ਦਿੱਤਾ ਅਤੇ ਮਹਾਨ ਇਤਿਹਾਸ ਨੂੰ ਵਰਣਨ ਕਰਨ ਲੱਗੇ। ਸੋ ਸਾਧ ਸੰਗਤ ਜੀ, ਸ੍ਰੀ ਅੰਮ੍ਰਿਤਸਰ ਜੀ ਦਾ ਇਤਿਹਾਸ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੋ ਇੱਥੇ ਰਾਸ ਦੂਸਰੀ ਦਾ ਤੀਸਰਾ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।